ਇਸ ਚੈਨਲ ਤੇ ਤੁਹਾਡਾ ਸਭ ਦਾ ਹਾਰਦਿਕ ਸਵਾਗਤ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਅੱਜ ਇੱਕ ਜਿਹੜੀ ਕਵਿਤਾ ਹੈ ਤੁਹਾਡੇ ਸਾਹਮਣੇ ਮੈਂ ਰੂਬਰੂ ਕਰ ਰਹੀ ਹਾਂ ਕਵਿਤਾ ਦਾ ਨਾਮ ਹੈ ਗੁਲਾਬ ਦੀ ਫਸਲ ਇਹ ਕਵਿਤਾ ਲਿਖਣ ਵਾਲੇ ਜਿਹੜੇ ਸ਼ਾਇਰ ਹਰਭਜਨ ਹੁੰਦਲ ਜੀ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਨੇ ਤੇ ਉਹਨਾਂ ਦੀ ਜਿਹੜੀ ਕਵਿਤਾ ਹੈ ਸਕੂਲਾਂ ਕਾਲਜਾਂ ਦੇ ਵਿੱਚ ਸਭ ਤੋਂ ਵੱਧ ਉਸ ਟਾਈਮ ਪੜ੍ਹੀ ਜਾਂਦੀ ਸੀ ਸੁਣੀ ਤੇ ਸੁਣਾਈ ਜਾਂਦੀ ਰਹੀ ਹੈ ਸਾਨੂੰ ਥਾਪਨਾ ਗੁਰੂ ਗੋਬਿੰਦ ਸਿੰਘ ਦੀ ਸੀਸਤਲੀ ਤੇ ਰੱਖਣਾ ਜਾਣਦੇ ਹਾਂ ਤਤੀ ਤਵੀ ਤੇ ਬੈਠ ਕੇ ਗੀਤ ਗਾਈਏ ਆਰੇ ਵੀ ਜ਼ਿੰਦਗੀ ਮਾਣਦੇ ਹਾਂ ਸੀਸ ਗੰਝ ਅਤੇ ਗੜੀ ਚਮਕੌਰ ਵਾਲੀ ਸਾਨੂੰ ਅੱਜ ਵੀ ਯੂਝਣਾ ਦੱਸਦੇ ਨੇ ਜਾ ਕੇ ਪੁੱਛ ਲੋ ਕੰਧ ਸਰਹੰਦ ਦੀ ਤੋਂ ਬਾਲ ਚਿਨੇ ਹੋਏ ਵੀ ਕਿਵੇਂ ਹੱਸਦੇ ਨੇ ਮੀਰ ਮੰਨੂ ਨੇ ਬਾਢੀਆਂ ਲੱਖ ਪਾਈਆਂ ਅਸੀਂ ਫਿਰ ਵੀ ਖਿੜੇ ਗੁਲਜ਼ਾਰ ਵਾਂਗੂ ਵੱਡੇ ਸਿਰਾਂ ਦੇ ਜਦੋਂ ਸੀ ਮੁੱਲ ਪੈਂਦੇ ਹੋਏ ਹੌਸਲੇ ਸਾਡੇ ਅੰਗਿਆਰ ਵਾਂਗੂ ਟੋਟੇ ਜਿਗਰ ਦੇ ਸਾਹਮਣੇ ਕਰਨ ਟੋਟੇ ਮਾਵਾਂ ਡੱਕਰੇ ਝੋਲੀ ਪਵਾਉਂਦੀਆਂ ਨੇ ਉੱਚਾ ਸੁੱਟ ਕੇ ਬੋਚਦੇ ਨੇਜਿਆਂ ਤੇ ਰਤਾ ਫਿਰ ਵੀ ਨਹੀਂ ਕਬਰੌਂਦੀਆਂ ਨੇ ਅਸੀਂ ਭਾਜੀਆਂ ਮੋੜ ਨਾ ਜਾਣਦੇ ਹਾਂ ਪੁੱਛ ਵੇਖਿਓ ਮੁਗਲ ਦਰਬਾਰ ਕੋਲੋਂ ਜੇਕਰ ਫਿਰ ਵੀ ਕਿਸੇ ਨੂੰ ਸ਼ੱਕ ਹੋਵੇ ਪੁੱਛ ਵੇਖਿਓ ਡਾਇਰ ਪਰਿਵਾਰ ਕੋਲੋਂ ਸਾਡੀ ਪਿੱਠ ਤੇ ਖੜਾ ਇਤਿਹਾਸ ਸਾਡਾ ਸਾਨੂੰ ਮਾਣ ਹੈ ਲਹੂ ਦੇ ਰੰਗ ਉੱਤੇ ਅਸੀਂ ਜਾਣ ਦੇ ਕਿੰਝ ਕੁਰਬਾਨ ਹੋਣਾ ਸੋਹਣੇ ਦੇਸ਼ ਦੀ ਇੱਕ ਵੀ ਮੰਗ ਉੱਤੇ ਜਦੋਂ ਅੰਬਾਂ ਨੂੰ ਲੱਗਿਆ ਬੂਰ ਹੋਵੇ ਕੋਇਲ ਆਣ ਕੇ ਉਸ ਥਾਂ ਚੈੱਕਦੀ ਹੈ ਜਿੱਥੇ ਜਿੱਥੇ ਸ਼ਹੀਦਾਂ ਦੇ ਰੱਤ ਡੁੱਲੇ ਉਥੇ ਫਸਲ ਗੁਲਾਬ ਦੀ ਮਹਿਕਦੀ ਹੈ ਉਥੇ ਫਸਲ ਗੁਲਾਬ ਦੀ महकਦੀ ਹੈ। ਬਾਕੀ ਬਹੁਤ ਹੀ ਸੋਹਣੀ ਜਿਹੜੀ ਕਵਿਤਾ ਹੈ। ਹਰਪ੍ਰੀਤ ਹੁੰਦਲ ਜੀਆ ਵੱਲੋਂ ਬਹੁਤ ਹੀ ਲਿਖੀ ਗਈ ਹੈ। ਪਰਮਾਤਮਾ ਵਿਛੜੀ ਰੂਹ ਨੂੰ ਸ਼ਾਂਤੀ ਦੇਵੇ। ਧੰਨਵਾਦ।